ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹ ਦਿਸ ਤੇ ਮੁਸਕਲ ਸੀ ਜੋ ਤੁਮਰੀ ਸੁਧ ਸੁਣ ਪਿਤ ਮਹਿ ਤਾਰੀ। ਸਤਨਹਿ ਤੇ ਮੁਜਲੀ ਨਹਿ ਕਾਰੀ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ। ਸੋ ਸਾਧ ਸੰਗਤ ਜੀ ਆ ਆਪ ਸਾਰੇ ਹੀ ਬੜਭਾਗੇ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਨ ਦੇ ਵਾਸਤੇ ਅਵਤਾਰ ਧਾਰਿਆ ਆਪਣਾ ਪ੍ਰਕਾਸ਼ ਕੀਤਾ ਉਸ ਮਹਾਨ ਪਵਿੱਤਰ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਕਲਗੀਧਰ ਦਾ ਸਮੇਸ਼ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ, ਇਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਅਤੇ ਇਹ ਸਭ ਗੁਰ ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਕਵੀਆਂ ਦੇ ਸਿਰਮੌਰ ਚੂੜਾ ਮਨ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਕੇ ਸਤਿਗੁਰੂ ਨਾਨਕ ਦੇਵ ਜੀ ਮਹਾਂ ਮਹਾਰਾਜ ਜਗਤ ਤੋਂ ਉਪਰਾਮ ਹੋ ਕਰਕੇ ਮਸਾਣਾ ਵਿੱਚ ਬੈਠੇ ਹਨ। ਸਾਰਾ ਦਿਨ ਰਾਤ ਮਸਾਣਾ ਵਿੱਚ ਬੈਠੇ ਰਹਿੰਦੇ ਹਨ, ਕਦੇ ਵੀ ਨਗਰ ਵਿਖੇ ਪੈਰ ਨਹੀਂ ਪਾਇਆ। ਇੱਧਰ ਕਿਸੇ ਬੰਦੇ ਨੇ ਜਾ ਕੇ ਤਲਵੰਡੀ ਬਹੁਤ ਦੁੱਖ ਹੋਇਆ, ਅਨੁਮਾਨ ਲਗਾਉਂਦੇ ਹਨ ਕਿ ਅੱਗੇ ਹੀ ਮੈਂ ਸੋਚਦਾ ਸਾਂ ਇਹ ਦੋਨੇ ਹੱਥਾਂ ਦੇ ਨਾਲ ਧਨ ਲੁਟਾਈ ਜਾਂਦਾ ਹੈ, ਇੱਕ ਦਿਨ ਘਾਟਾ ਹੋਵੇਗਾ, ਫਿਰ ਦੁਖੀ ਹੋ ਕੇ ਇਹ ਫਕੀਰ ਬਣ ਜਾਵੇਗਾ। ਜਿਸ ਗੱਲ ਦੀ ਚਿੰਤਾ ਸੀ ਉਹੀ ਗੱਲ ਹੋਈ। ਭਾਈ ਮਰਦਾਨੇ ਸੁਲਤਾਨਪੁਰ ਆਏ, ਬੇਬੇ ਨਾਨਕੀ ਜੀ ਦੇ ਘਰ ਗਏ, ਉੱਥੇ ਆਸ਼ੀਰਵਾਦ ਦਿੱਤੀ ਅਤੇ ਪੁੱਛਿਆ ਕਿ ਨਾਨਕ ਜੀ ਕਿੱਥੇ ਹਨ। ਮੈਂ ਖਬਰ ਲੈਣ ਆਇਆ, ਤੁਹਾਡੇ ਮਾਤਾ ਪਿਤਾ ਨੇ ਮੈਨੂੰ ਭੇਜਿਆ ਹੈ। ਕਹਿੰਦੇ ਜੋ ਤੁਸੀਂ ਅੱਖਾਂ ਦੇ ਨਾਲ ਘਰ ਵਿੱਚ ਦੇਖ ਰਹੇ ਹਨ, ਭਾਈ ਮਰਦਾਨਾ ਜੀ ਉੱਥੋਂ ਚੱਲਣ ਲੱਗੇ ਅਤੇ ਬੇਬੇ ਨਾਨਕੀ ਜੀ ਨੇ ਕਿਹਾ ਕਿ ਭੋਜਨ ਤਿਆਰ ਹੈ, ਛੱਕ ਕੇ ਜਾਇਓ। ਭੋਜਨ ਛਕਣ ਤੋਂ ਉਪਰੰਤ ਭਾਈ ਮਰਦਾਨਾ ਜੀ ਮਸਾਣਾ ਵਿੱਚ ਆਏ,
ਅੱਖਾਂ ਦੇ ਨਾਲ ਦੇਖਿਆ ਕਿ ਬਾਕੀ ਇਹ ਫਕੀਰ ਹੋ ਗਏ ਹਨ ਔਰ ਬਹੁਤ ਹੀ ਨਿਰਾਲਾ ਭੇਖ ਧਾਰਨ ਕੀਤਾ ਹੋਇਆ। ਦੇਖ ਸੁਣ ਕਰਕੇ ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਤੁਸੀਂ ਚੰਗੇ ਭਲੇ ਮੁੰਦਾ ਸੀ, ਕੀ ਕਰ ਹੋਇਆ ਜੋ ਤੁਸੀਂ ਸਭ ਕੁਝ ਛੱਡ ਛਡਾ ਕੇ ਮਸਾਣਾ ਵਿੱਚ ਬੈਠੇ ਹੋ। ਗੁਰੂ ਸਾਹਿਬ ਨੇ ਕਿਹਾ, ਮਰਦਾਨਿਆ ਜਦੋਂ ਤੂੰ ਪਹਿਲੀ ਵਾਰੀ ਆਇਆ ਸੀ ਮੇਰੇ ਕੋਲ ਅਤੇ ਤੈਨੂੰ ਮੈਂ ਤੰਤੀ ਸਾਜ਼ ਵਜਾਉਣ ਦਾ ਗੁਣ ਦਿੱਤਾ ਸੀ, ਉਹ ਖਰਚ ਕੀਤਾ ਕਿ ਨਹੀਂ? ਮਹਾਰਾਜ ਅਜੇ ਤੱਕ ਮੈਂ ਖਰਚ ਨਹੀਂ ਕੀਤਾ, ਅੱਜ ਦੁਬਿਧਾ ਵਿੱਚ ਹਾਂ। ਮੈਂ ਆਪ ਜੀ ਦੀ ਖਬਰ ਲੈਣ ਆਇਆ, ਤੁਹਾਡੇ ਮਾਤਾ ਪਿਤਾ ਜੀ ਨੇ ਭੇਜਿਆ, ਉਹਨਾਂ ਨੂੰ ਜਵਾਬ ਆਨ ਅਬ ਸੰਗ ਲੈ ਕਰ ਮੋ ਹੋਏ। ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਕਿ ਜਿੱਧਰ ਕਰਤਾਰ ਲੈ ਜਾਵੇ ਉੱਧਰ ਹੀ ਚੱਲਾਂਗੇ, ਪਹਿਲਾਂ ਕੁਝ ਸੋਚ ਕੇ ਨਹੀਂ ਰੱਖਿਆ? ਪ੍ਰਥਮ ਨਹੀਂ ਪ੍ਰਥਮ ਇਹ ਕੋਈ ਵਿਚਾਰਾ, ਕੋਈ ਗੱਲ ਵਿਚਾਰੀ ਨਹੀਂ ਕਿ ਕਿੱਧਰ ਜਾਣਾ ਹੈ। ਸੋ ਜਹਲੇ ਜਾ ਗਲਤ ਸੰਗ ਹਰ ਖਾਏ, ਮੋਹ ਲੋਭ ਕਉ ਹਿਰਦੈ ਵਿਹਾਰ। ਹਿਰਦੇ ਵਿੱਚ ਲੋਭ ਮੋਹ ਨੂੰ ਦੂਰ ਕਰ ਅਤੇ ਇਸ ਤਰ੍ਹਾਂ ਸਮਝਾ ਕਰਕੇ ਕਿਹਾ ਕਿ ਤੂੰ ਸਾਡੇ ਨਾਲ ਰਹਿ ਔਰ ਲੋਭ ਮੋਹ ਦਾ ਤਿਆਗ ਕਰਕੇ ਜੇ ਤੂੰ ਮੇਰੇ ਨਾਲ ਰਹੇਗਾ ਤੇਰਾ ਭਲਾ ਹੋਵੇਗਾ, ਕਲਿਆਣ ਹੋਵੇਗਾ। ਇਹ ਸੁਣ ਕੇ ਭਾਈ ਮਰਦਾਨਾ ਜੀ ਕੀ ਕਹਿੰਦੇ ਹਨ? ਅਗਲੀ ਕਥਾ ਸਰਵਣ ਕਰਨ ਦੇ ਲਈ, ਗੁਰ ਕੈ ਚਰਨ ਹਿਰਦੈ ਲੈ ਧਾਰੋ, ਗੁਰ ਪਾਰ ਬ੍ਰਹਮ ਸਦਾ ਨਮ ਨਮਸਕਾਰ। ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਹਿਰਦੇ ਵਿੱਚ ਵਸਾਉਂਦੇ ਹੋਏ ਰਸਨਾ ਪਵਿੱਤਰ ਕਰੀਏ, ਸਾਰੇ ਮਾਈ ਭਾਈ ਗਜ ਵੱਜ ਕੇ ਆਖੀਏ ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਸਾਰੇ ਗਜ ਸੁਨ ਪ੍ਰਭ ਏਕ ਕਠਨ ਬਿਦ ਮੋਹੁ। ਸੋ ਸਾਧ ਸੰਗਤ, ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਤਾ ਲੈਣ ਵਾਸਤੇ ਭਾਈ ਮਰਦਾਨਾ ਜੀ ਆਏ। ਤੇ ਗੁਰੂ ਸਾਹਿਬ ਜੀ ਨੇ ਪਿਛਲੀ ਗੱਲ ਚੇਤੇ ਕਰਾ ਕੇ ਕਿ ਤੈਨੂੰ ਤੰਤੀ ਸਾਜ਼ ਵਜਾਉਣ ਦਾ ਗੁਣ ਦਿੱਤਾ ਸੀ, ਹੁਣ ਉਹ ਸਾਜ਼ ਵਜਾ ਕਰਕੇ ਪ੍ਰਭੂ ਦੇ ਗੁਣ ਗਾਉਣ ਦਾ ਸਮਾਂ ਮੁਸਕਲ ਸੀ ਜੋ ਦੋਹਾਂ ਪਾਸਿਆਂ ਤੋਂ ਜਿਹੜੀ ਬੜੀ ਮੁਸ਼ਕਿਲ ਗੱਲ ਹੋਈ ਹੈ। ਤੁਮਰੀ ਸੁਤ ਸੁਣ ਪਿਤ ਮਹਿਤਾਰੀ। ਆਪ ਜੀ ਦੀ ਖਬਰ ਲੈਣ ਵਾਸਤੇ ਤੁਹਾਡੇ ਮਾਤਾ ਪਿਤਾ ਨੇ ਮੈਨੂੰ ਭੇਜਿਆ ਹੈ। ਸਦ ਨਹ ਤੇ ਮੁਜਲੀ ਨਹ ਕਾਰੀ। ਮੇਰੇ ਘਰੋਂ ਬੰਦਾ ਭੇਜ ਕੇ ਮੈਨੂੰ ਤੁਹਾਡੇ ਮਾਤਾ ਪਿਤਾ ਨੇ ਸਦਵਾਇਆ। ਕੁਸਲ ਲੈਨ ਮੁਜ ਆਇਓ ਤਾਇਆ, ਬਿਨਾਂ ਦੇਰੀ ਤੋਂ ਮੈਂ ਦੌੜਦਾ ਆਇਆ ਹਾਂ। ਇਤ ਦਿਸ ਕੀ ਉਡੀਕ ਸੋ ਕਰਹੀ। ਤੁਹਾਡੇ ਮਾਤਾ ਪਿਤਾ ਮੇਰੀ ਉਡੀਕ ਕਰਦੇ ਹੋਣਗੇ। ਰਾਵਰ ਕੀ ਚਿਤ ਚਿੰਤਾ ਧਰ ਰਹੀ, ਰਹਿਣ ਕੀ ਯਾ
ਵਿਤ ਮੁਸਕਲ ਮੋਹੇ। ਆਪ ਜੀ ਦੀ ਆਗਿਆ ਹੈ ਕਿ ਤੂੰ ਮੇਰੇ ਨਾਲ ਰਹਿ, ਇਹ ਬੜੀ ਮੁਸਕਲ ਗੱਲ ਬਣ ਗਈ ਹੈ। ਜਾਨੋ ਬਣੈ ਨਾ ਅਬ ਤਹਾਂ ਸੋ ਚਿੰਤਾ ਤੁਰ ਹੋਏ। ਹੁਣ ਤੁਸੀਂ ਕਹਿ ਰਹੇ ਹੋ ਤੂੰ ਮੇਰੇ ਨਾਲ ਰਹਿ, ਹੁਣ ਮੈਂ ਤਲਵੰਡੀ ਕਿਵੇਂ ਜਾਵਾਂ, ਕੌਣ ਖਬਰ ਦੇਵੇਗਾ ਤੁਹਾਡੇ ਮਾਤਾ ਪਿਤਾ ਨੂੰ, ਉਹ ਚਿੰਤਾਵਾਨ ਹੋਣਗੇ, ਮੈਨੂੰ ਉਡੀਕਦੇ ਹੋਣਗੇ। ਚੋਪਈ ਸਿਰ ਗੁਰ ਭਨੈ ਸੁਨੋ ਮਰਦਾਨਾ। ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਤੂੰ ਕੰਨ ਦੇ ਕੇ ਸੰਗ ਕਠਨ ਤਾਂ ਰਹਿਣਾ ਸਾਡੇ ਨਾਲ। ਰਹਿਣਾ ਬਹੁਤ ਕਠਿਨ ਹੈ, ਤੂੰ ਸਾਡੇ ਨਾਲ ਜੇ ਰਹਿਣਾ ਚਾਹੁੰਦਾ ਹੈ ਤੇ ਇਹ ਮੁਸ਼ਕਲਾਂ ਆਉਣਗੀਆਂ। ਤ੍ਰਿਸ਼ਨਾ ਦਹਨ ਵਿਖੈ ਜੋ ਦਹਿਨਾ, ਤ੍ਰਿਸ਼ਨਾ ਰੂਪ ਅੱਗ ਵਿੱਚ ਜੋ ਸੜਨਾ ਹੈ। ਤੋਏ ਸੰਤੋਖ ਬੁਝਾਵਨ ਕਰਹੀ, ਸੰਤੋਖ ਰੂਪੀ ਜਲ ਉਸ ਤ੍ਰਿਸ਼ਨਾ ਰੂਪ ਅੱਗ ਨੂੰ ਬੁਝਾ ਦਿੰਦਾ ਹੈ। ਸੰਸਾਰ ਵਿੱਚ ਕਿਸੇ ਬਿਰਲੇ ਦੀ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁਝੀ ਹੈ। ਜੋ ਤ੍ਰਿਸ਼ਨਾ ਰੂਪ ਅੱਗ ਅਨੁਸਰਹੀ, ਜੇ ਤੂੰ ਮੇਰੇ ਨਾਲ ਮੇਰੇ ਅਨੁਸਾਰੀ ਹੋ ਕੇ ਰਹੇਗਾ। ਆਸਨ ਬਸਨ ਪ੍ਰਾਪਤ ਕਿਹ ਕਾਲੂ, ਕਿਸੇ ਸਮੇਂ ਭੋਜਨ ਵਸਤਰ ਪ੍ਰਾਪਤ ਹੋਵੇਗਾ, ਕਿਸੇ ਸਮੇਂ ਨਹੀਂ ਵੀ ਪ੍ਰਾਪਤ ਹੋਵੇ ਪਾਵੋ ਜਿਨ ਹੋਏ ਬੇਹਾਲੂ। ਜੇ ਭੋਜਨ ਵਸਤਰ ਨਾ ਮਿਲਿਆ ਤੂੰ ਬੇਹਾਲ ਹੋ ਜਾਵੇਗਾ, ਦੁਖੀ ਹੋਵੇਗਾ। ਦੁਖ ਭੋਗਣ ਅਬੋ ਕਾਲੂ ਪਿਤ ਪਾਸ, ਤੂੰ ਮੇਰੇ ਪਿਤਾ ਬਾਬਾ ਕਾਲੂ ਜੀ ਦੇ ਪਾਸ ਜਾਣਾ ਕਰ। ਬੈਸਨ ਰਹਿਣ ਮਿਲਣ ਪਰਵਾਰਾ, ਪਰਿਵਾਰਾਂ ਵਿੱਚ ਰਹਿਣਾ ਬਸਣਾ ਹਾਸ ਬਿਲਾਸ ਕਰਨਾ, ਇਹ ਬਾਤਾਂ ਸਭ ਮਦ ਅਗਾਰਾ। ਇਹ ਸਾਰੀਆਂ ਗੱਲਾਂ ਘਰ ਵਿੱਚ ਹੀ ਹੁੰਦੀਆਂ ਹਨ, ਬਾਹਰ ਉਜਾੜਾਂ ਵਿੱਚ ਉਹ ਸੁੱਖ ਨਹੀਂ ਮਿਲੇਗਾ ਜੋ ਘਰ ਵਿੱਚ ਮਿਲਦਾ ਹੈ। ਦੋਹਰਾ ਛੂਦਾ ਨਗਨ ਬਣਾ ਲੈ, ਕਦੇ ਨੰਗ ਭੁੱਖ ਨੂੰ ਸਹਾਰ ਸਕਦਾ ਹੈ, ਫਿਰ ਉਜਾੜਾਂ ਵਿੱਚ ਰਹਿਣਾ ਪਸੰਦ ਕਰਦਾ ਹੈ, ਤਾਂ ਤੂੰ ਮੇਰੇ ਨਾਲ ਰਹਿਣਾ ਕਰ। ਸੰਗ ਰਹਿਣ ਮਮਤੋ ਬਣੈ ਕਰੀਏ ਉਰ ਪਰਵਾਨ। ਔਰ ਗੁਰੂ ਸਾਹਿਬ ਨੇ ਕਿਹਾ ਕਿ ਜੇ ਸਾਰੀਆਂ ਗੱਲਾਂ ਤੈਨੂੰ ਮਨਜ਼ੂਰ ਹੈ ਤਾਂ ਤੂੰ ਮੇਰੇ ਨਾਲ ਰਹਿ ਸਕਦਾ ਹੈ। ਚੋਪਈ ਪ੍ਰਭ ਜੀ ਤ੍ਰਿਸ਼ਨਾ ਮਨ ਤੇ ਮੂਕੀ। ਗੁਰੂ ਗਰੀਬ ਨਿਵਾਜ, ਮੇਰੇ ਮਨ ਚੋਂ ਤ੍ਰਿਸ਼ਨਾ ਦੂਰ ਹੋ ਗਈ ਹੈ। ਆਣ ਜਾਣ ਕੀ ਆਸਾ ਚੂਕੀ, ਆਉਣ ਜਾਣ ਦੀ ਆਸਾ ਵੀ ਦੂਰ ਹੋ ਗਈ ਹੈ। ਤੁਮ ਸਮਾਨ ਕੋ ਨਦਰ ਨਾ ਆਵੇ, ਫਿਰ ਟਿਟਾਣੇ ਨੂੰ ਨਹੀਂ ਦੇਖਣਾ ਚਾਹੁੰਦਾ। ਰਹੋ ਸੰਗ ਮੈਂ ਮਨ ਮਹਿ ਠਾਨੀ, ਮੈਂ ਮਨ ਵੀ ਠਾਣ ਲਿਆ ਕਿ ਨੰਗ ਭੁੱਗ ਸਹਾਰ ਕੇ ਆਪ ਜੀ ਦੇ ਨਾਲ ਰਹਾਂਗਾ। ਹੁਣ ਸ੍ਰੀ ਗੁਰ ਬੋਲੇ ਮਿਰਧੂ ਬਾਨੀ, ਔਰ ਸੁਣ ਕੇ ਗੁਰੂ ਸਾਹਿਬ ਜੀ ਕੋਮਲ ਬਚਨ ਕਹਿਣ ਲੱਗੇ। ਜਾਹੋ ਰਬਾਬ ਨਗਰ ਤੇ ਲਿਆਵ, ਇਹ ਮਰਦਾਨਿਆ ਜਾ ਨਗਰ ਚੋਂ ਇੱਕ ਰਬਾਬ ਲੈ ਕੇ ਆ। ਹੇਰੋ ਸੁੰਦਰ ਆਨ ਬਜਾਵ, ਸੁੰਦਰ ਰਬਾਬ ਦੇਖ ਕੇ ਲੈ ਕੇ ਆ ਔਰ ਸਾਡੇ ਕੋਲ ਬਜਾਉਣਾ ਕਰ। ਸੁਣ ਪ੍ਰਭ ਜੀ ਮੈਂ ਕਬ ਹੈ ਨਾ ਗਾਇਆ, ਨਾ ਹੀ ਹੱਥਾਂ ਦੇ ਨਾਲ ਕੋਈ ਤੰਤੀ ਸਾਜ ਬਜਾਇਆ ਹੈ। ਕੇਤਕ ਬਾਸੁਰ ਮੈਂ ਸਿੱਖ ਲਿਓ,
ਕਿਤਨੇ ਦਿਨਾਂ ਵਿੱਚ ਆਪ ਜੀ ਦੀ ਕਿਰਪਾ ਦੇ ਨਾਲ ਮੈਂ ਵਜਾਉਣਾ ਸਿੱਖ ਲਵਾਂਗਾ। ਗਾਵਨ ਬੋਹਰ ਵਜਾਵਨ ਪੇਉ, ਫਿਰ ਗਾਉਣ ਵਜਾਉਣ ਦਾ ਭੇਤ ਵੀ ਮੈਂ ਸਿੱਖ ਲਵਾਂਗਾ, ਜਾਣ ਲਵਾਂਗਾ। ਸ੍ਰੀ ਨਾਨਕ ਬੋਲੇ ਮਨ ਭਾਵਨ, ਤੈਨੂੰ ਮੈਂ ਪਹਿਲਾਂ ਹੀ ਗੁਣ ਦਿੱਤਾ ਹੋਇਆ ਹੈ ਗਾਉਣ ਵਜਾਉਣ ਦਾ, ਸੋ ਲੈ ਕਰ ਤੈ ਕੈਸੇ ਉਹ ਸਾਡੇ ਪਾਸੋਂ ਗੁਣ ਲੈ ਕੇ ਤੂੰ ਕੀ ਕੀਤਾ। ਪੂਰਬ ਆਏ ਜੋ ਹਮ ਤੇ ਲੀਨੋ, ਪਹਿਲਾਂ ਜਦੋਂ ਆਇਆ ਸੀ ਸਾਡੇ ਪਾਸੋਂ ਤੂੰ ਗੁਣ ਲਿਆ ਸੀ ਗਾਉਣ ਵਜਾਉਣ ਦੀ, ਉਹ ਗਾਉਣ ਵਜਾਉਣ ਦਾ ਗੁਣ ਤੂੰ ਲੈ ਕਰਕੇ ਕੀ ਕੀਤਾ। ਸੁਣ ਕਰੁਣਾ ਨਿਤ ਜੋ ਤੁਮ ਦੀਨੋ, ਭਾਈ ਮਰਦਾਨੇ ਨੇ ਸੁਣ ਕੇ ਕਿਹਾ ਮਹਾਰਾਜ ਕੀਤਾ, ਸਿਰ ਗੁਰ ਭਨੈ ਨਾ ਬਚਨ ਹਟਾਵੋ, ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਸਾਡੇ ਬਚਨ ਨਾ ਮੋੜ। ਗੁਰ ਤੇ ਆਨ ਰਬਾਬ ਬਜਾਵੋ, ਨਗਰ ਚੋਂ ਰਬਾਬ ਖਰੀਦ ਕੇ ਲਿਆ ਕੇ ਬਜਾ ਸਾਡੇ ਕੋਲ। ਸੁਣਤ ਉੱਠਿਓ ਤੂਰਨ ਮਰਦਾਨਾ, ਸੁਣ ਕੇ ਭਾਈ ਮਰਦਾਨਾ ਜੀ ਛੇਤੀ ਉੱਠ ਕੇ ਚੱਲੇ। ਖੋ ਜਾਣ ਹਿਤਗਾ ਪੁਰ ਸੁਲਤਾਨਾ, ਰਬਾਬ ਲੱਭਣ ਵਾਸਤੇ ਖਰੀਦਣ ਵਾਸਤੇ ਸੁਲਤਾਨਪੁਰ ਨਗਰ ਵਿਖੇ ਆਏ। ਢਾਡੀ ਗਾਵ ਅਗਰ ਪਠਾ, ਮਰਦਾਨਾ ਜੀ ਉਸ ਢਾਡੀ ਨੂੰ ਗਾਉਂਦਿਆਂ ਦੇਖ ਸੁਣ ਕਰ ਕੇ ਬਹਿ ਗਏ। ਦੋਹਰਾ ਜਬ ਪਠਾਨ ਨਿਜ ਕਰ ਗਯੋ ਮਰਦਾਨਾ ਬਚ ਪ੍ਰਾਹੇ, ਜਦੋਂ ਪਠਾਨ ਸੁਣ ਕੇ ਆਪਣੇ ਘਰ ਨੂੰ ਚਲਾ ਗਿਆ ਤੇ ਢਾਡੀ ਨੂੰ ਭਾਈ ਮਰਦਾਨਾ ਜੀ ਪੁੱਛਦੇ ਹਨ, ਸੁਭ ਨਰ ਏਕ ਹਕਾਰਈ ਚਲ ਢਾਡੀ ਤੇ ਸਪਾਹੇ। ਇਹ ਭਾਈ ਢਾਡੀ ਇੱਕ ਸੁਭ ਸ੍ਰੇਸ਼ਟ ਮਨੁੱਖ ਸੱਦ ਰਿਹਾ ਤੈਨੂੰ, ਤੂੰ ਮੇਰੇ ਨਾਲ ਚੱਲਣਾ ਕਰ। ਚੋ ਪਈ ਲੈ ਕਰ ਸੰਗਤਿ ਸਹਿ ਤਤ ਕਾਲਾ, ਭਾਈ ਮਰਦਾਨਾ ਜੀ ਉਸ ਢਾਡੀ ਨੂੰ ਆਪਣੇ ਨਾਲ ਲੈ ਕੇ ਛੇਤੀ ਆਏ। ਆਇਓ ਵੈਸੇ ਜਹਾਂ ਕਿਰਪਾਲਾ, ਕਿਰਪਾਲੂ ਸਤਿਗੁਰੂ ਜੀ ਜਿੱਥੇ ਸੁਭਾ ਔਰ ਨਿਤ ਸਮਾਧੀ ਲੱਗੀ ਹੋਈ ਹੈ ਗੁਰੂ ਸਾਹਿਬ ਜੀ ਦੀ, ਨਿਰਵਿਕਲ ਸਮਾਧੀ ਵਿੱਚ ਲੀਨ ਹਨ। ਦਿਪਤ ਰੂਪ ਦੁੱਤ ਦੁੱਖ ਦਲ ਮਲੇ, ਔਰ ਦਿਪਤ ਰੂਪ ਦੁੱਤ ਸੋ ਚਿਹਰੇ ਦੀ ਕ੍ਰਾਂਤੀ ਬਹੁਤ ਦੀਪਮਾਨ ਹੋ ਰਹੀ ਹੈ, ਬਹੁਤ ਚਿਹਰੇ ਤੇ ਚਮਕ ਹੈ, ਰੌਣਕ ਹੈ, ਨੂਰ ਹੈ ਗੁਰੂ ਸਾਹਿਬ ਜੀ ਦੇ। ਲੈ ਰਬਾਬ ਢਾਡੀ ਕਰ ਮਾਹੀ, ਔਰ ਢਾਡੀ ਕੋਲੋਂ ਰਬਾਬ ਲੈ ਕੇ ਆਪਣੇ ਹੱਥ ਵਿੱਚ ਤਾਰ ਬਜਾਏ ਰਾਗ ਸੁਰ ਪ੍ਰਾਹੀ, ਔਰ ਸੁਰ ਤਾਲ ਮਿਲਾ ਕਰਕੇ ਰਾਗ ਵਿੱਚ ਗਾਉਣ ਲੱਗਿਆ। ਸੁਨਤ ਬਿਲੋਚਨ ਪੰਕਤਿਕ ਸੇ, ਔਰ ਐਸੇ ਮਹਾਨ ਪਰਉਪਕਾਰੀ ਮੁਕਤੀਦਾਤੇ ਗੁਰੂ ਸਾਹਿਬ ਜੀ ਦੇ, ਜਸ ਨੂੰ ਕੋਈ ਕਥਨ ਨਹੀਂ ਕਰਦਾ, ਉਸਦੇ ਮਨੁੱਖਾ ਜਨਮ ਨੂੰ ਧਰਕਾਰ ਹੈ। ਭਨ ਹੈ ਬਚਨ ਤੂੰ ਲੈ ਮਰਦਾਨਾ, ਜਦੋਂ ਢਾਡੀ ਨੇ ਗਾਇਆ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਤੂੰ ਰਬਾਬ ਆਪਣੇ ਹੱਥ ਵਿੱਚ ਲੈ ਕੇ ਵਜਾਉਣਾ ਕਰ। ਤਾਰ ਵਜਾਬ ਹੋ ਰਾਗ ਨਿਧਾਨਾ, ਸੁਰ ਤਾਲ ਵਿੱਚ ਰਾਗ ਵਿੱਚ ਉੱਚੀ ਸੁਰ ਵਿੱਚ ਗਾਉਣਾ ਕਰ। ਆ ਇਸ ਮਾਨ ਪਾਨ ਮਹਿ ਲੀਨਾ, ਭਾਈ ਮਰਦਾਨੇ ਨੇ ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਉਹ ਢਾਡੀ ਪਾਸੋਂ ਰਬਾਬ ਆਪਣੇ ਹੱਥ ਵਿੱਚ ਲੈ ਲਈ। ਕਰ ਸੁਰ ਤਾਰ ਵਜਾਵਨ ਕੀਨਾ, ਸੁਰ ਤਾਲ ਕਰਕੇ ਸੁਰ ਕਰਕੇ ਰਬਾਬ ਨੂੰ ਵਜਾਉਣ ਲੱਗਿਆ। ਦੋਹਰਾ ਸੁਣ ਬਨ ਕੇ ਔਰ ਰਬਾਬ ਸੁਰ ਕਰਕੇ ਵਜਾਇਆ, ਉਸ ਸਮੇਂ
ਸਾਰੇ ਦਰਖਤਾਂ ਚੋਂ ਰਸ ਚੋਣ ਲੱਗਿਆ। ਬਰਨ ਬਰਨ ਬਰ ਕੇ ਬ੍ਰਿਖ ਤਿਤ ਸਮੈ ਚੂਵਣ ਲਾਗ। ਔਰ ਬਰਨ ਬਰਨ ਬਰ ਬਿਹੰਗ ਜੇ ਉਮਕਿਓ ਤਿਨ ਅਨੁਰਾਗ। ਰੰਗਾਂ ਰੰਗਾਂ ਦੇ ਪੰਛੀ ਜਿਹੜੇ ਸਨ ਰਾਗ ਸੁਣ ਕਰਕੇ ਬੜੇ ਪ੍ਰੇਮ ਦੇ ਸਹਿਤ ਹੋਏ। ਚੋ ਪਈ ਤੀਰ ਸਮੀਰ ਰਹੀ ਥਿਰ ਹੋਈ। ਬਾਹਰ ਜੋ ਹਵਾ ਚੱਲ ਰਹੀ ਸੀ ਉਹ ਹਵਾ ਸਥਿਰ ਹੋ ਗਈ, ਰੁਕ ਗਈ। ਸੁਣੀ ਤਾਨ ਮੋਹੇ ਸਭ ਕੋਈ, ਉਸ ਸੁਰ ਤਾਨ ਨੂੰ ਸੁਣ ਕਰਕੇ ਸਾਰੇ ਮੋਹਿਤ ਹੋ ਗਏ। ਜਿਹ ਤੇ ਚੜ ਚੇਤਨ ਹਵੈ ਗਏ, ਜਿਹੜੇ ਜੜ ਸਨ ਉਹ ਚੇਤਨ ਹੋ ਗਏ। ਜੇ ਚੇਤਨ ਸੇ ਜੜ ਵਤ ਭਏ, ਜਿਹੜੇ ਚੇਤਨ ਤੁਰਨ ਫਿਰਨ ਵਾਲੇ ਸਨ ਉਹ ਜੜ ਵਤ ਹੋ ਗਏ। ਬਨ ਤੇ ਮ੍ਰਿਗ ਆਏ ਠੰਡੇ, ਜੰਗਲ ਚੋ ਬਹੁਤ ਸਾਰੇ ਹਰਨ ਆਦਿਕ ਜਾਨਵਰ ਆ ਕੇ ਖਲੋ ਗਏ। ਅਤ ਮਨ ਮੈਂ ਅਨੁਰਾਗ ਵਾਢੇ, ਅਤਿਅੰਤ ਮਨ ਵਿਚ ਬਹੁਤ ਹੀ ਪ੍ਰੇਮ ਵਧਿਆ। ਸੋਹਣਾ ਤੇ ਛਿਨ ਗਯੋ, ਉਹ ਢਾਡੀ ਦਾ ਆਪਾ ਭਾਵ ਭੁੱਲ ਗਿਆ। ਕਿਤਨਕ ਚਿਰ ਪੇ ਬਚਨ ਬਖਾਨਾ, ਕਿਤਨੇ ਚਿਰ ਮਗਰੋਂ ਉਸ ਢਾਡੀ ਨੇ ਇਉ ਕਹਿਆ। ਵੱਡ ਗੁਣਵਾਨ ਨਾ ਤੋ ਸਮ ਆਨਾ, ਇਹ ਭਾਈ ਮਰਦਾਨੇ ਨੂੰ ਸੰਬੋਧਨ ਕਰਕੇ ਕਹਿਣ ਲੱਗਿਆ, ਤੂੰ ਬਹੁਤ ਵੱਡਾ ਪੁੰਨਵਾਨ ਗੁਣਵਾਨ ਹੈ, ਤੇਰੇ ਵਰਗਾ ਕੋਈ ਨਹੀਂ ਹੈ। ਬਹੁਤ ਦੇਸ ਢਾਡੀ ਮੈਂ ਦੇਖੀ, ਬਹੁਤ ਦੇਸਾਂ ਹੁਣ ਨਹੀਂ ਦੇਖੇ ਜਿਸ ਦੇ ਗਾਉਣ ਨਾਲ ਪਸ਼ੂ ਪੰਛੀ ਸੈਲ ਤਰਬਰ ਸਾਰੇ ਸਥਿਰ ਹੋ ਜਾਣ, ਹਵਾ ਵੀ ਖਲੋ ਜਾਵੇ। ਦੋਹਰਾ ਸ੍ਰੀ ਨਾਨਕ ਬੋਲੇ ਬੋਹਰ ਕਹੋ ਮਰਦ ਬੋਹਰ ਕਹੋ ਮਰਦਾਨਾ। ਔਰ ਮਰਦਾਨੇ ਨੂੰ ਕਿਹਾ, ਗੁਰੂ ਸਾਹਿਬ ਜੀ ਨੇ ਸੁਣ ਕਰਕੇ ਕਿਹਾ, ਕਹੋ ਮਰਦਾਰ ਬਜੈਨ, ਤਾਰ ਛੇੜ ਕਰਕੇ ਗਾਉਣਾ ਤੇ ਬਜਾਉਣਾ, ਗਾਉਣ ਬਜਾਉਣ ਦਾ ਗੁਣ ਮਨ ਵਿਚ ਕਿਵੇਂ ਮੰਨਿਆ। ਚੋਪਈ ਸੁਨੋ ਪ੍ਰਭੂ ਆਨੰਦ ਇੱਕ ਮੇਰੋ, ਭਾਈ ਮਰਦਾਨਾ ਜੀ ਕਹਿਣ ਲੱਗੇ, ਹੇ ਪ੍ਰਭੂ ਗੁਰੂ ਗਰੀਬ ਨਿਵਾਜ, ਮੇਰਾ ਮੁਖ ਇੱਕ ਹੈ। ਕਿਹ ਬਿਦ ਸੁਜਸ ਬਖਾਨੋ ਤੇਰੋ, ਇੱਕ ਜਿਹਬਾ ਦੇ ਨਾਲ ਤੇਰੇ ਸਾਰੇ ਗੁਣਾਂ ਨੂੰ ਸਮਗਰ ਜਸ ਨੂੰ ਕਿਵੇਂ ਗਾਉਣਾ ਕਰਾਂ। ਪੂਰਨ ਪੁਰਖ ਕੇ ਆਪ ਖੁਦਾਏ, ਆਪਾ ਦੇ ਨਾਲ ਮੈਨੂੰ ਐਸਾ ਗੁਣ ਪ੍ਰਾਪਤ ਹੋਇਆ ਗਾਉਣ ਬਜਾਉਣ ਦਾ। ਗਾਏ ਨ ਕਬਹੂ ਤਾਰ ਬਜਾਇਆ, ਅੱਜ ਤੋਂ ਪਹਿਲਾਂ ਨਾ ਮੈਂ ਕਦੇ ਗਾਇਆ ਤੇ ਨਾ ਹੀ ਰਬਾਬ ਬਜਾਈ। ਅਬ ਹੈ ਅਚਾਨਕ ਗੁਣ ਮੈਂ ਪਾਇਆ, ਅਚਾਨਕ ਹੁਣੇ ਜਦੋਂ ਰਬਾਬ ਹੱਥ ਵਿੱਚ ਫੜੀ ਤੇ ਬਜਾਉਣਾ ਵੀ ਆ ਗਿਆ ਤੇ ਗਾਉਣਾ ਵੀ ਆ ਗਿਆ। ਉੱਠਿਓ ਬੰਦ ਕਰ ਕੀਨੀ ਬੰਧਨ, ਔਰ ਬੰਦ ਦੋਨੇ ਹੱਥ ਜੋੜ ਕਰਕੇ ਬੰਦਨਾ ਕੀਤੀ। ਤਬ ਦਰਸ਼ਨ ਤ੍ਰੈ ਤਪ ਨਿਕੰਦਨ, ਆਪ ਜੀ ਦੇ ਦਰਸ਼ਨ ਤਿੰਨੇ ਤਾਪਾਂ ਨੂੰ ਦੂਰ ਕਰਨ ਵਾਲੇ ਹਨ। ਜਿਹ ਬਿਦ ਬਦਨ ਬਦੋ ਸੁਖ ਧਾਮਾ, ਇਹ ਸੁਖਾਂ ਦੇ ਘਰ ਜਿਸ ਪ੍ਰਕਾਰ ਆਪਣੇ ਮੁਖਾਰ ਬਿੰਦ ਤੋਂ ਬਚਨ ਕਰੋਗੇ। ਬਿਦ ਕਰੋ ਅਭੈ ਸੁਖ ਕਾਮਾ, ਇਹ ਸੁਖਾਂ ਦੇ ਘਰ ਗੁਰੂ ਸਾਹਿਬ ਜੀ ਜਿਵੇਂ ਆਪ ਬਚਨ ਕਰੋਗੇ, ਜਿਵੇਂ ਹੁਕਮ ਕਰੋਗੇ ਤਿਵੇਂ ਮੈਂ ਕਰਾਂਗਾ। ਸੁਣ ਬੋਲੇ ਪ੍ਰਭ ਦੀਨ ਦਿਆਲਾ, ਸੁਣ ਕਰਕੇ ਦੀਨ ਦਿਆਲ ਪਦਤ ਪਾਵਨ ਗੁਰੂ ਸਾਹਿਬ ਜੀ ਬੋਲੇ, ਲਿਹੋ ਰਬਾਬ ਜੋ ਰੁਚਿਰ ਬਿਸਾਲਾ। ਔਰ ਗੁਰੂ ਸਾਹਿਬ ਜੀ ਨੇ ਕਿਹਾ, ਲਿਹੋ ਰਬਾਬ ਰਬ ਜੀ ਲਿਹੋ ਤਮ ਤਮ
ਤੰਬੂਰ ਕੋ ਸੁਭ ਆਵਾਜ ਹੋਏ ਜਾਹੇ। ਭਾਈ ਮਰਦਾਨੇ ਨੇ ਆਪਣੇ ਦਿਲ ਦੀ ਗੱਲ ਕਹੀ, ਮਹਾਰਾਜ ਤੰਬੂਰ ਲੈ ਦਿਓ ਜਿਹਦੀ ਆਵਾਜ਼ ਬਹੁਤ ਸੋਹਣੀ ਹੈ। ਭਾਰ ਮੈਂ ਗਾਏ ਬਜਾਵੋ ਤਾਹੇ। ਤੰਬੂਰਾ ਜੋ ਹੈ ਭਾਰ ਵਿੱਚ ਹੌਲਾ ਵੀ ਹੈ ਤੇ ਆਵਾਜ਼ ਵੀ ਸੋਹਣੀ ਨਿਕਲਦੀ ਹੈ। ਚੌਪਈ ਸ੍ਰੀ ਮੁਖ ਬੋਲੇ ਸੁਣ ਮਰਦਾਨਾ। ਸੁਭਾਏ ਮਾਨ ਪਵਿੱਤਰ ਮੁਖਾਰਬਿੰਦ ਤੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬੋਲੇ, ਮਰਦਾਨਿਆ ਸੁਣ। ਸੂਦੋ ਬਾਦਤ ਇਹ ਸੁਖ ਮਾਨਾ। ਇਹ ਰਬਾਬ ਜਿਹੜੀ ਹੈ ਇਹ ਸਿੱਧਾ ਬਾਦ ਹੈ, ਤੰਤੀ ਬਾਦ ਸਾਜ ਹੈ, ਇਹ ਸੁਖ ਦੇ ਨਾਲ ਮਿਲੀ ਹੋਈ ਹੈ। ਅਪਰ ਜੇ ਅਹ ਮਿਲੇ ਚਤੁਰਾਈ। ਹੋਰ ਜਿਹੜੇ ਸਾਜ ਬਾਜ ਹਨ ਉਹਨਾਂ ਵਿੱਚ ਚਤੁਰਾਈ ਮਿਲੀ ਹੋਈ ਹੈ। ਇਹ ਸਿੱਧੀ ਹੈ ਰਬਾਬ, ਇਹਦਾ ਇਹ ਵਜਾਉਣਾ ਸੌਖਾ ਹੈ। ਵਿਸੈ ਬਾਸੁਨਾ ਸੋ ਉਪਜਾਈ। ਹੋਰ ਸਾਜ ਬਾਜ ਵਜਾਉਣ ਕਰਕੇ ਵਿਸੈ ਬਾਸੁਨਾ ਉਤਪੰਨ ਹੁੰਦੇ ਹਨ। ਪ੍ਰਭ ਜੀ ਰਾਵਰ ਸੁਭਗ ਰਜਾਈ। ਇਹ ਪ੍ਰਭੂ ਜੀ ਆਪ ਜੀ ਜਿਵੇਂ ਆਗਿਆ ਹੋਵੇ। ਰੁਚੈ ਜੋ ਤੁਮ ਕੋ ਭਲ ਬਿਦਸਾਈ। ਜੋ ਆਪ ਜੀ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਮੈਂ ਕਰਾਂਗਾ, ਉਹੀ ਚੰਗੀ ਵਿਧੀ ਹੈ। ਦੀਜੈ ਮੁੱਲ ਅਬਹ ਮੈਂ ਜਾਊਂ। ਤੁਸੀਂ ਮੁੱਲ ਦੇਣਾ ਕਰੋ, ਪੈਸੇ ਦਿਓ, ਮੈਂ ਜਾ ਕੇ ਖਰੀਦ ਲਿਆਵਾਂ। ਹੋ ਜਰ ਬਾਬ ਨਗਰ ਤੇ ਲਿਆਉਂ। ਨਗਰ ਵਿਖੇ ਫਿਰ ਕੇ ਲੱਭ ਕੇ ਖੋਜ ਕੇ ਮੈਂ ਰਬਾਬ ਲੈ ਆਵਾਂ। ਸਿਰ ਗੁਰ ਕਹਿ ਜਾਚ ਨਾ ਜੋ। ਗੁਰੂ ਸਾਹਿਬ ਨੇ ਕਿਹਾ ਮਰਦਾਨਿਆ ਜੋ ਮੰਗਣਾ ਹੈ। ਲਹਿਨੀ ਕੀ ਜਾਨ ਹੈ ਸਭ ਕੋ। ਗੁਰੂ ਸਾਹਿਬ ਨੇ ਕਿਹਾ ਜੋ ਮੰਗਣਾ ਹੈ ਇਹ ਨਹਿਨੀ ਕੀ ਜਾਨ ਹੈ ਸਭ ਕੋ, ਇਹ ਚੰਗੀ ਗੱਲ ਨਹੀਂ ਹੈ। ਜੋ ਮੰਗਣਾ ਹੈ ਜਿਹੜਾ ਮੁਖੋਂ ਕਹਿਣਾ ਦੇ ਇਹ ਮਾੜੀ ਗੱਲ ਹੈ, ਇਹ ਚੰਗੀ ਗੱਲ ਨਹੀਂ ਹੈ ਜੋ ਮੰਗਣਾ ਹੈ। ਤਦਪ ਚਾਹੇ ਜਬ ਲੱਗ ਹੋਵੇ ਪ੍ਰਾਣੀ। ਔਰ ਗੁਰੂ ਸਾਹਿਬ ਜੀ ਕਹਿਣ ਲੱਗੇ ਜਦ ਤੱਕ ਪ੍ਰਾਣੀ ਦੇ ਮਨ ਵਿੱਚ ਚਾਹ ਇੱਛਾ ਹੁੰਦੀ ਹੈ। ਜਾਚਨ ਕਰਵਾ ਵਹ ਗੁਨਹਾਨੀ। ਔਰ ਇੱਛਾ ਜਿਹੜੀ ਹੈ ਉਹੀ ਮੰਗਣਾ ਕਰਵਾਉਂਦੀ ਹੈ, ਉਹੀ ਮੰਗਵਾਉਂਦੀ ਹੈ। ਪ੍ਰਬਲ ਇੱਛਾ ਜਦੋਂ ਪੈਦਾ ਹੋ ਜਾਵੇ ਤੇ ਨਾ ਮੰਗਣ ਵਾਲਾ ਵੀ ਮੰਗਣ ਲੱਗ ਪੈਂਦਾ ਹੈ। ਦੋਹਰਾ ਜਾਵੋ ਸੁਸਾ ਅਵਾਸ ਕੋ ਮੂਲ ਰਬਾਬ ਕੇ ਹੇਤ। ਇਹ ਮਰਦਾਨਿਆ ਭੈਣ ਬੇਬੇ ਨਾਨਕੀ ਜੀ ਦੇ ਪਾਸ ਜਾ, ਉਹਨਾਂ ਪਾਸੋਂ ਮੁੱਲ ਲੈ ਕਰਕੇ, ਪੈਸੇ ਲੈ ਕਰਕੇ ਰਬਾਬ ਲੈ ਆ। ਸੁਨ ਗਵਨਿਓ ਗ੍ਰਹਿ ਨਾਨਕੀ ਤਜ ਬੇਦੀ ਕੁਲ ਕੇਤ। ਬੇਦੀ ਕੁਲ ਦੇ ਧਵਜ ਨਿਸ਼ਾਨ ਗੁਰੂ ਸਾਹਿਬ ਜੀ ਨੂੰ ਛੱਡ ਕੇ ਭਾਈ ਮਰਦਾਨਾ ਜੀ ਬੇਬੇ ਨਾਨਕੀ ਜੀ ਦੇ ਘਰ ਆਏ। ਸੋਰਠਾ ਸੋਟਾ ਡੀ ਕਹਿ ਬੈਨ ਲੀ ਜਾ ਇਹੋ ਰਬਾਬ ਤੁਮ। ਉਹ ਜਿਹੜਾ ਢਾਡੀ ਮਰਦਾਨੇ ਦੇ ਨਾਲ ਆਇਆ ਸੀ, ਜਦੋਂ ਗੁਰੂ ਸਾਹਿਬ ਨੇ ਕਿਹਾ ਭੈਣ ਬੇਬੇ ਨਾਨਕੀ ਜੀ ਪਾਸੋਂ ਪੈਸੇ ਲੈ ਕੇ ਔਰ ਰਬਾਬ ਮੁੱਲ ਖਰੀਦ ਲਿਆ, ਉਹ ਢਾਡੀ ਆਖਣ ਲੱਗਿਆ ਮਹਾਰਾਜ ਇਹੀ ਰਬਾਬ ਲੈ ਲਓ। ਬੋਲੇ ਕਰੁਣਾ ਐਨ ਪਹੁੰਚਿਓ ਹਮ ਨਿਜ ਨਿਕਟ ਰੱਖ। ਗੁਰੂ ਸਾਹਿਬ ਨੇ ਕਿਹਾ ਢਾਡੀ ਤੂੰ ਆਪਦੇ ਕੋਲ ਹੀ ਆਪਣਾ ਸਾਜ ਰੱਖ, ਤੂੰ ਕਹਿ ਦਿੱਤਾ ਸਾਡੇ ਕੋਲ ਪਹੁੰਚ ਗਿਆ। ਦਇਆ ਦ੍ਰਿਸ਼ਟ ਕੋ ਦੇਖ ਦੁਰ ਮਤ ਦੁੱਖ ਦਰੁੱਤ ਦੂਰ ਕੀਏ। ਔਰ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖ ਕਰਕੇ ਢਾਡੀ ਦੇ ਸਾਰੀ ਵਾਸਨਾ ਦੂਰ ਕਰ ਦਿੱਤੀ। ਹਰਖ ਵਿਸੇਖ ਪਰੇਖ ਲਖ ਅਲੇਖ ਨੇ ਵੇਖ ਲੀਏ। ਉਸ ਢਾਡੀ ਨੇ ਵੀ ਜਦੋਂ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਢਾਡੀ ਵੱਲ ਦੇਖਿਆ ਉਸਦੇ ਕਪਾਟ ਖੁੱਲ ਗਏ, ਉਸਨੇ ਸੋਚਿਆ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਹਨ। ਚੌਪਈ ਸਦਨ ਜਾਏ ਪਾਖਤ ਮਰਦਾਨਾ। ਔਰ ਬੇਬੇ ਨਾਨਕੀ ਜੀ ਦੇ ਘਰ ਜਾ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਤਬ ਭਰਾਤਾ ਇੱਕ ਸਵਾਲ ਬਖਾਨਾ ਕਿ ਹੇ ਬੇਬੇ ਜੀ ਤੁਹਾਡੇ ਭਰਾ ਜੀ ਨੇ ਇੱਕ ਸਵਾਲ ਕੀਤਾ ਹੈ। ਸੁਨ ਹਰਖੀ ਆਨਨ ਬਚਪਨਿਆ। ਇਹ ਸੁਣ ਕਰਕੇ ਬੇਬੇ ਨਾਨਕੀ ਜੀ ਪ੍ਰਸੰਨ ਹੋਏ ਤੇ ਇਉਂ ਕਹਿਣ ਲੱਗੇ ਆਜ ਜਨਮ ਮੈਂ ਸਫਲਾ ਗਨਿਆ।
ਗਿਆ ਅੱਜ ਮੈਂ ਆਪਣਾ ਮਨੁੱਖਾ ਜਨਮ ਸਫਲ ਗਿਣਿਆ ਹੈ ਧੰਨ ਭਾਗ ਮੈਂ ਆਪਣਾ ਜਾਨਾ ਮੈਂ ਆਪਣਾ ਜਨਮ ਧੰਨਤਾ ਦੇ ਸਹਿਤ ਜਾਣਿਆ ਮੈਂ ਬਹੁਤ ਬਡਭਾਗਣ ਹਾਂ ਜੋ ਭਰਾਤਾ ਜੀ ਨੇ ਕੋਈ ਸਵਾਲ ਪਾਇਆ ਹੈ ਕਰ ਹੋ ਨਿਸੰਗ ਸਵਾਲ ਮਰਦਾਨਾ ਨਿਸੰਗ ਹੋ ਕੇ ਭਾਈ ਮਰਦਾਨਾ ਜੀ ਕਹੋ ਸਾਡੇ ਭਰਾਤਾ ਜੀ ਨੇ ਕੀ ਕਿਹਾ ਹੈ ਜੈਨ ਜਾਨ ਦੀਨ ਅਵਾਸੂ ਔਰ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਆਪਣੇ ਘਰ ਜਾਣ ਨਹੀਂ ਦਿੱਤਾ ਮੈਂ ਤਾਂ ਤੁਹਾਡੇ ਮਾਤਾ ਪਿਤਾ ਦੇ ਕਹੇ ਅਨੁਸਾਰ ਖਬਰ ਲੈਣ ਆਇਆ ਸੀ ਪਰ ਗੁਰੂ ਸਾਹਿਬ ਜੀ ਨੇ ਰੋਕ ਲਿਆ ਮੈਨੂੰ ਘਰ ਜਾਣ ਨਹੀਂ ਦਿੱਤਾ ਘਰ ਅਬਲਾਖ ਰੱਖਿਓ ਨਿਜ ਪਾਸੂ ਆਪਣੀ ਅਬਲਾਖਾ ਧਾਰ ਕਰਕੇ ਆਪਣੇ ਕੋਲ ਮੈਨੂੰ ਰੱਖ ਲਿਆ ਅਬ ਹੈ ਰਬਾਬ ਖਰੀਦਣ ਭੇਜਾ ਗੁਰੂ ਸਾਹਿਬ ਜੀ ਨੇ ਮੈਨੂੰ ਰਬਾਬ ਖਰੀਦਣ ਲਈ ਭੇਜਿਆ ਹੈ ਕਹਿਓ ਮੋਲ ਪਗਨੀ ਤੇ ਲੈ ਜਾ ਵਚਨ ਕੀਤਾ ਕਿ ਭੈਣ ਬੇਬੇ ਨਾਨਕੀ ਜੀ ਪਾਸੋਂ ਮੁੱਲ ਲੈ ਆ ਜਿੰਨੇ ਚਾਹੀਦੇ ਹਨ ਓਨੇ ਪੈਸੇ ਲੈ ਆ ਜਾ ਕੇ ਭਨਤ ਨਾਨਕੀ ਭਲਾ ਪਯੋ ਹੈ ਬੇਬੇ ਨਾਨਕੀ ਜੀ ਨੇ ਕਿਹਾ ਕਿ ਬਹੁਤ ਚੰਗਾ ਹੋਇਆ ਜੇ ਤੂੰ ਭਰਾਤਾ ਨਿਕਟ ਰਹਿਓ ਹੈ ਇਹ ਬਹੁਤ ਚੰਗੀ ਗੱਲ ਹੋਈ ਜੋ ਭਰਾਤਾ ਜੀ ਨੇ ਤੈਨੂੰ ਆਪਣੇ ਨਾਲ ਰੱਖਿਆ ਤੂੰ ਰਹਿਣ ਲਈ ਰਾਜੀ ਵੀ ਹੋ ਗਿਆ ਦੋਹਰਾ ਇੱਕ ਰਬਾਬ ਕਿਆ ਵਸਤੂ ਹੈ ਸਤ ਰਬਾਬ ਲੈ ਦੇਉ ਬੇਬੇ ਨਾਨਕੀ ਜੀ ਨੇ ਕਿਹਾ ਮਰਦਾਨਾ ਜੀ ਇੱਕ ਰਬਾਬ ਕੀ ਵਸਤੂ ਹੈ ਮੈਂ ਸੱਤ ਰਬਾਬ ਲੈ ਦਿਆਂਗੀ ਵਧ ਹੋ ਜਾਏ ਸੋ ਦਰ ਜਸੋ ਸਤਨਾ ਬਦਨ ਵੀ ਦਿਖੇ ਔਰ ਭਰਾ ਦੇ ਪਾਸ ਛੇਤੀ ਜਾਓ ਔਰ ਕਹੋ ਕਿ ਘਰ ਆ ਕਰਕੇ ਆਪਣਾ ਮੁਖੜਾ ਦਿਖਾਉਣ ਕਿਰਪਾ ਕਰਕੇ ਸਾਨੂੰ ਆ ਕੇ ਦਰਸ਼ਨ ਦੇਣ ਚੋਪਈ ਸੁਣ ਕਰ ਗਬਨਿਓ ਪੁਨ ਮਰਦਾਨਾ ਬੇਬੇ ਨਾਨਕੀ ਜੀ ਪਾਸੋਂ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਫਿਰ ਮਸਾਣਾ ਵੱਲ ਚੱਲ ਪਏ ਤੁਮਤ ਹਕਾਰ ਕਿਰਪਾ ਨਿਧਾਨਾ ਔਰ ਜਾ ਕੇ ਬੇਨਤੀ ਕੀਤੀ ਹੈ ਕਿਰਪਾ ਨਿਧਾਨ ਗੁਰੂ ਗਰੀਬ ਨਿਵਾਜ ਆਪ ਜੀ ਦੀ ਭੈਣ ਬੇਬੇ ਨਾਨਕੀ ਜੀ ਨੇ ਆਪਣੇ ਘਰ ਵਿੱਚ ਤੁਹਾਨੂੰ ਸੱਦਿਆ ਹੈ ਦਰਸ਼ਨ ਕੀ ਉਰਬ ਅਬੁਲਾਖਾ ਭੈਣ ਜੀ ਨੂੰ ਆਪ ਜੀ ਦੇ ਦਰਸ਼ਨਾਂ ਦੀ ਬਹੁਤੀ ਅਬੁਲਾਖਾ ਹੈ ਸਤ ਰਬਾਬ ਲੈ ਦੇਊ ਪਾਖਾ ਬੇਬੇ ਜੀ ਨੇ ਕਿਹਾ ਕਿ ਇੱਕ ਰਬਾਬ ਕੀ ਮੈਂ ਸੱਤ ਰਬਾਬ ਲੈ ਦਿਆਂਗੀ ਸੁਣ ਕਰ ਬੋਲੇ ਦੀਨ ਦਿਆਲਾ ਸੁਣ ਕੇ ਦੀਨ ਦਿਆਲ ਪਦਤ ਪਾਵਨ ਗੁਰੂ ਸਾਹਿਬ ਜੀ ਬੋਲੇ ਮੋਤੇ ਭਗਨੀ ਵੈਸ ਵਿਸਾਲਾ ਹੇ ਮਰਦਾਨਿਆ ਮੇਰੇ ਨਾਲੋਂ ਉਮਰ ਵਿੱਚ ਭੈਣ ਜੀ 5 ਸਾਲ ਵੱਡੇ ਹਨ ਤੇ ਰਜਾਇ ਹੋ ਮੇਟਵ ਨਾਹੀ ਉਹ ਉਮਰ ਚ ਮੈਥੋਂ ਵੱਡੇ ਹਨ ਉਹਨਾਂ ਦਾ ਹੁਕਮ ਮੈਂ ਮੋੜ ਨਹੀਂ ਸਕਦਾ ਇਉਂ ਭਨ ਚਲੇ ਭਗਨ ਘਰ ਜਾਹੀ ਔਰ ਹੁਣ ਉਹਨਾਂ ਦਾ ਹੁਕਮ ਮੈਂ ਮੋੜ ਨਹੀਂ ਸਕਦਾ ਇਉਂ ਪਨ ਚੱਲੇ ਪਵਨ ਘਰ ਜਾਈ ਇਉਂ ਕਹਿ ਕੇ ਗੁਰੂ ਸਾਹਿਬ ਜੀ ਮਸਾਣਾ ਤੋਂ ਉੱਠ ਕੇ ਬੇਬੇ ਨਾਨਕੀ ਦੇ ਘਰ ਚੱਲ ਪਏ ਮੰਦ ਮੰਦ ਜਿਨ ਕੀ ਗਤਰੂਰੀ ਮੰਦ ਮੰਦ ਚਾਲ ਹੌਲੀ ਹੌਲੀ ਚਾਲ ਚੱਲਦੇ ਹਨ ਮਸਤ ਚਾਲ ਚੱਲ ਰਹੇ ਹਨ ਨਿਰਾਲੀ ਚਾਲ ਚੱਲਦੇ ਹੋਏ ਘਰ ਹੈ ਜੇ ਧਿਆਨ ਕਾਮਨਾ ਪੂਰੀ ਜੋ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਕਰਦਾ ਉਹਦੀ ਕਾਮਨਾ ਪੂਰਨ ਹੁੰਦੀ ਹੈ ਗਵਨਤ ਮਰਦਾਨਾ ਪਸਚਾਤੀ ਗੁਰੂ ਸਾਹਿਬ ਜੀ ਅੱਗੇ ਅੱਗੇ ਜਾ ਰਹੇ ਹਨ ਭਾਈ ਮਰਦਾਨਾ ਜੀ ਪਿੱਛੇ ਪਿੱਛੇ ਚੱਲ ਰਹੇ ਹਨ ਸੁਣ ਹੋ ਕਥਾ ਸਰਬੈ ਸੁਖ ਦਾਤੀ ਜੋ ਕਥਾ ਸਾਰੇ ਸੁਖ ਦੇਣ ਵਾਲੀ ਹੈ ਹੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੁਣਨਾ ਕਰੋ ਦਵਈਆ ਛੰਦ ਚਰਨ ਕਮਲ ਕਲ ਮਲ ਹੈ ਨਿਵਾਰਨ ਉਰਤਰ ਧਿਆਨ ਤਿਨਕੋ ਭਾਈ ਬਾਲਾ ਜੀ ਕਹਿ ਰਹੇ ਨੇ ਹੇ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਚਰਨ ਕਮਲ ਸਮੂਹ ਕਲਮਲ ਪਾਪਾਂ ਨੂੰ ਨਿਵਾਰਨ ਵਾਲੇ ਹਨ ਜੋ ਹਿਰਦੇ ਵਿੱਚ ਧਿਆਨ ਧਾਰਦਾ ਹੈ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ਸ੍ਰੀ ਨਾਨਕ ਇਤਿਹਾਸ ਬਖਾਨੋ ਦੁੱਖ ਨਾਸਨ ਪ੍ਰਣ ਜਿਨ ਕੋ ਜੇ ਸਿੱਧ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਣ ਹੈ ਸਾਰੇ ਜੀਵਾਂ ਦੇ ਦੁੱਖਾਂ ਨੂੰ ਨਾਸ ਕਰਨਾ ਐਸੇ ਸਮਰੱਥ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ
जीवन वृतांत मैं वर्णन करदा हां। श्री बाला संध्रुवाच सुसा आवास गए सुकरासी। भाई बाला जी कह रहे ने, हे सतगुरु अंगद देव जी महाराज, सुखां दे खजाने गुरु साहिब जी भैन बेबे नानकी जी दे घर गए। मिली सोदरी हित सो, और सोदरी भैन बेबे नानकी जी दे नाल बड़े प्रेम दे नाल मिले, और बेबे जी भी बहुत प्रेम दे नाल मिले जो उड़ीक रहे सन। सादर मंच डसाए बसाए हर की सरस अमित सो, सादर पूर्वक मंजा डा करके बैठाया, बहुत प्रसन्न होए, ऐनी खुशी होई कि जिसका वर्णन नहीं किया जा सकता। श्री नानक मृदु बचन अलाए सुसा मनोरथ पनिए। सतगुरु नानक देव पातशाह जी ने कोमल बचन कहे, हे भैन जी अपने मन का मनोरथ दसो। तुम आइस अनुसार सदा मैं बच स्वच्छ मह गुनिए। थोड़ी आज्ञा दे अनुसार सदा रहंदा हां मैं, और स्वच्छ हिरदे विच विचारना करो। सुनो प्रात परमेश्वर रूपा जगत रचयो जे माया। हे प्राता जी, तुसी ता परमेश्वर स्वरूप हो, अकाल पुरख वाहिगुरु दे सरगुण स्वरूप हो, जिस दी आज्ञा दे नाल माया ने सारा ब्रह्मांड सारा जगत रचया है। सत्या लेकर तुमरी सिरजे जे ब्रह्मांड निकाया। तो सारा ब्रह्मांड है आप जी दी आज्ञा लेकर के सारे काम माया ने किते हैं, सारे काम माया कर दी है, हुक्म अकाल पुरख वाहिगुरु दा, ते माया दासी सारे काम कर दी, जगत नु उत्पन्न करना पालना करना लेता करना ये सारे काम माया कर दी है, माया दासी है, अकाल पुरख वाहिगुरु दी सत्ता आज्ञा लेकर के सारे काम कर दी है। नारण उदारण तन तन तर आपे विचरत हो जग माही। और कलयुगी पापी जीवा दे उदाहरण वास्ते मनुखी शरीर धार के जिथे किथे जगत विच आप विचरदे हो। निज दर्शन देवत मुहे रहिए अवर लाल सानाही। बेबे नानकी जी कहंदे हन के हमेशा सानू दर्शन देंदे रहा करो, होर कोई मेरी लालसा नहीं है। कहे वसु की चाहे जे हो वै ले हो मंगाए निसंगा। किसे वस्तु दी इच्छा होवे भाई मर्दाना जी नू भेज के निसंग होके मंगा लेना, किसे वस्तु दी कमी नहीं है। शिव सिर सर मुर उर करुणा कर तब की रत हवे गंगा। सेवा दे सिर समान मेरा हिरदा होवे, हे कृपा दे खजाने आप जी दी कीर्ति गंगा रूप होवे। वदन बदयो बच सुनो सोदरी यादरी दे कर जब ही। गुरु साहिब जी ने मुखार बिन तो फुरमाया के हे भैन जी जदों तुसी हिरदे विच मैनू याद करोगे। दूर निकट का जह अन काजू द्रुत आऊ मैं तब ही। और पावे दूर होवा पावे नेड़े होवा कोई काम होवे जां बेला होवा जदों याद करोंगे उसे वेले मैं हाजिर हो जावांगा। सुन हर की पुनहूत अरालक बोहबिद आसन करायो। गल्लां बातां करके भैन बेबे नानकी जी ने रसोईये नूं सद्या और सुंदर स्वादिष्ट भोजन तैयार करके सारिया नू छकाउना कीता। मर्दाने को भेजो तब ही मुझको निकट बुलायो। गुरु साहिब जी ने मर्दाने नू भेज के भाई बाला जी कह रहे ने सानू सदवाया। बाला कह सुनो श्री अंगद हो जय राम टिक बैसा। भाई बाला जी कह रहे ने सतगुरु अंगद देव जी महाराज उस समय मैं भाईया जय राम जी दे कोल बैठा सा। गयो निकेत नानकी के चल हेरे बेदी ऐसा। जदों मर्दाना खबर लेके आया के गुरु साहिब जी सद रहे हन भाईया जय राम जी दे नाल मैं चल के बेबे नानकी जी दे घर आया, गुरु साहिब जी दे दर्शन कीते। आसन अचन हित तीनों ते छिन गए रसोई थाना। और असी तिने ही भोजन छकन वास्ते रसोई स्थान ते गए,
और बहुत प्रेम दे सहित भोजन छकन लई पान नानकी आप परोसत परम स्वादिन साना। बेबे नानकी जी अपने हथी भोजन परोसन लगे जिस विच परम अत्यंत अद्भुत स्वाद है। जिस भोजन विच मन पावन भोजन कर खावन उठ बैठे कर बर सदना। मन पाउंदा सुंदर स्वादिष्ट भोजन छक करके उठ बैठे बर सदना और श्रेष्ठ घर विच भोजन छक करके गुरु साहब जी बरां दे दाते उठ खले खलोए। आनंद कंद मुकंद बिलोकत बदत नान की बदना। और कवि जी का कथन करदे हैं मुक्ति दे दाते आनंद दे मुड देख करके बदत नान की बदना। बेबे नानकी जी यूं कहन लगे मरदाना मरदाना अब खोजो जाई मोल लहो जो हो। बेबे नानकी जी ने कहा कि मरदान्या हुन रबाब नगर विच फिर के खोजना करो। सुंदर है रबाब ले आबो सरफा मोल नको। सुंदर देख करके रबाब ले आवो और मुल दी चिंता ना करो। सुन मरदाने कियो प्याना ले रबाब है तू। ए सुन के भाई मरदाना जी ने प्रस्थान कीता रबाब लैण वास्ते। मैं पुन हाथ बांध कर बोलियो श्री बेदी कुल के तू। जदों भाई मरदाना जी रबाब लैण वास्ते चले गए भाई बाला जी कहंदे ने उस वेले जगत गुरु श्री गुरु नानक देव पातशाह जी दे चरणा विच दोने हाथ जोड़ के निम्रता सहित बेनती कीती। तुमने देश को पाए अबै हो जावो अपनन के तू। हे महाराज मैनू आज्ञा देव मैं अपने घर नू जावा। बासुर बहुत बतीते आयो सुदले उकृत बे तू। काफी समा हो गया थोड़े कोल रहंदियां हुण जाके किरत बिरत दी खबर लवा। क्यों बाले मन रंज पयो हो संग छोर कर गच्छे। गुरु साहिब ने कहा क्यों बाले तू क्यों नाराज हो गया क्यों उदास हो गया क्यों घर जाना चाहुंदा है। नहीं रंज मैं दंब निकंदू चाहो सो बर बच स्वच्छे। भाई बाला जी कहन लगे महाराज हे पखंड नू कटन वाले नाश करन वाले गुरु साहिब जी मैं नाराज नहीं होया। मैं सुते सिद्ध बेनती कीती है के आप जी दे श्रेष्ठ हिरदे तो बर प्राप्त करना चाहुंदा हां। जा चले हो बाले जो चाहिए नह आदे कुछ तोते। गुरु साहिब ने कहा हे बाले जो तू मंगना चाहुंदा मंग ले कोई ऐसी वस्तु नहीं जो मैं दे नहीं सकदा। श्री नानक एक बर ए दीजै बिसरना हर उर मोते। भाई बाला जी कहन लगे महाराज जे तुसी तुठे हो प्रसन्न होता ए बर देओ के मैनू अकाल पुरख वाहिगुरु कदे ना विसरे। दूसर बर दी जय करुणा कर संग तुमार ज चरता। और दूजा ए बरदान देना करो जो आप जी दे नाल रह करके जो जो भी आप जी दे कौतक देखे हन और आप जी दा जो संग कीता है। सुदा सिंध तज मृग त्रिसना हित तावत निंद जे गर रता। और जड़ा कोई अमृत दा समुंदर त्याग करके मृग तृष्णा दे जल वास्ते दौड़दा है ओ महामूर्ख है। अमृत दा सरोवर छड़ करके और मृग तृष्णा दे जल पालन ले भज्जा फिरदा है। देखो सुनो ना परम गुरु जी और थेर मत मुर की जय। हे गुरु गरीब निवाज ऐसे नास्तक अभागे पुरुषां नू ना देखा ते ना सुना ना मैं उन्ना दी संगत करा मैं भरमा ना हिरदे विच स्थिर रहा ए कृपा करो मेरे ऊपर। अंकर सुर अरबिंद सरस तब मन मम मधुप करी जय। महाराज आप जी दे जो चरण अंग्र नाम चरण जड़े हैं अरबिंद सार ओ कमल दे सरोवर वांग हैं
और मेरे मन नु भवरा बनाउणा करो। सुनत प्रसीते बचन के रचना चित निसचात हेरा। गुरु साहिब जी सुन के बहुत प्रसन्न होए। बचना दी रचना जिस दे विच बहुत सोहनी रचना है जिस बाणी विच, और चित निसचात हेरा, भाई बाले दा चित निश्चे दे सहज जदों देखिया। मेरा अडोल बात ते जस बिद तस बिद होए मन तेरा। गुरु साहिब जी ने वरदान दिता कि हे मरदानिया, जिस तरह सुमेर पर्वत अडोल रहिंदा है, भावे किन्नी तेज हवा चले वह डुलाए मन नहीं हुंदा, हिलदा नहीं, इसे तरह तेरा मन नहीं डोलेगा, सुमेर पर्वत दी न्याई अडोल रहेगा। बेमुखता निसे परम मयंका दुख दारत उडगन से। बेमुखता रूपी रात, परम रूपी चंद्रमा और दुख दलित रूप उडगन तारे जड़े हन। उर नब पान प्रेम प्रकाश है नासे पाचल गिन से। और ये सारिया गल्ला जो दसिया हन, तेरा चिदा रूप आकाश जड़ा है, तेरा हिरदा रूप आकाश विच, और सूरज जो चढ़ेगा प्रेम दा प्रकाश होवेगा, और सारे विकार नाश हो जाणगे। खूब है तब उर सरवर के सर हर कीरत अरबिंदा। तेरा हिरदा जो है कमल दे सरोवर वांग होवेगा, हरि दी कीर्ति कमल फूल दे समान होवेगा। सत बिक सह सुख न कबहू प्रीत वदै मकरंदा। वो सदा खिड़िया रहेगा, कदे सुकेगा नहीं, मुरझाएगा नहीं, और हिरदा कमल सदा खिड़िया रहेगा। प्रीत बदे मकरंदा, मकरंद रूप प्रीति बदेगी। जग सागर निंदक गर लवण पद्म समान अलेपा। संसार समुद्र विच जड़े निंदक हन, गर लवण लून वांग गल जानगे, पर तू नहीं गलेगा, तू कमल फूल दे समान अलेप रहेगा। जे स्वान कूकत रह अहनस नह पदम युग बंदे। और जे स्वान जड़े कुत्ते हन, ओ दिन रात भौंकते रहते हैं, जड़े कुत्ते हन ओ भौंकते रहते हैं, गज मध विखे पा। हाथी नू किसे दी परवाह नहीं, भावे हजारा ही कुत्ते भौंकते रहन, हाथी अपनी मस्त चाल चलता है। इसे तरह निंदकां रूपी कुत्तियां दी परवाह नहीं करनी, तुसी हाथी दी चाल चलोगे, हाथी दी न्याई रहोगे। खुशी करी जावन को कर की पाद पदम युग बंदे। और खुशी कीती और विदाईगी दीती गुरु साहिब जी ने भाई बाले नू घर जान दी, चरना कमलां ते शीस रख करके मत्था टेकिया। सुन श्री नानक बचन सुहाए मुझ पारी दे आनंदे। गुरु साहिब जी दे बचन सोभ नीक बचन सुन के मेरे हृदय विच आनंद होया। तलवंडी के मार्ग चल कर आयो अपनन केता। तलवंडी दे रास्ते चल करके भाई बाला जी कह रहे मैं अपने घर आ गया। मुझ पश्चात सुनो गुर अंगद श्री बेदी कुल केता। बाला जी कह रहे हे सतगुरु अंगद देव जी महाराज, मैथो मगरों जो सुभाए मान बेदी कुल दे निशान, सतगुरु नानक देव पातशाह जी ने जो कौतक कीते, मैं वर्णन करदा अगे। भाई बाला जी अगली कथा सरवण कराउणगे, इत्थे कथा विराम ते आ गई, समा समाप्त है। सो जिस तरह भाई बाला जी सतगुरु अंगद देव पातशाह जी नू सतगुरु नानक देव पातशाह जी का जीवन वृतांत मनुखी लीला वर्णन करके सरवण कराते हैं, वो अगली कथा कल दे प्रकरण अंदर कल नूं सरवण करांगे। आओ अखीरलियां पंक्तियां पढ़ के समाप्ति करिए। तलवंडी के मार्ग चल कर आयो अपनन के ता। मुझ पश्चात सुनो गुर अंगद श्री बेदी कुल के ता। वाहिगुरु जी का खालसा।
ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਕੇ ਚਰਨ ਸਰਣ ਹੋ ਕੇ ਨਿਮਰਤਾ ਸਹਿਤ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਆਪ ਜੀ ਦੇ ਮਿਹਰ ਦਾ ਸਦਕਾ ਦਾਸਾਂ ਨੇ ਗੁਰ ਇਤਿਹਾਸ ਦੀ ਲੜੀਵਾਰ ਕਥਾ ਸੰਗਤਾਂ ਨੂੰ ਸਰਵਣ ਕਰਾਈ ਹੈ। ਦਾਸਾਂ ਨੂੰ ਸੁਧ ਸਪਸ਼ਟ ਕਥਾ ਕਰਨ ਦਾ, ਸੰਗਤਾਂ ਨੂੰ ਸਰਵਣ ਮਨਨ ਨਿਧਿਆਸਨ ਕਰਨ ਦਾ ਬਲ ਉੱਦਮ ਬਖਸ਼ਣਾ ਬੋਲਦਿਆਂ ਹੋਇਆਂ ਤੋਂ ਅਨੇਕ ਪ੍ਰਕਾਰ ਦੀਆਂ ਤਰੁੱਟੀਆਂ ਗਲਤੀਆਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਜਾਣ ਕੇ ਖਿਮਾ ਕਰਨੀ ਅੱਗੋਂ ਵਾਸਤੇ, ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸੋ ਮੇਲ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ, ਸਤਨਾਮ, ਸਤਨਾਮ ਜੀ।